ਬਾਈ ਸਤਿ ਸ੍ਰੀ ਅਕਾਲ ਭਾਜੀ ਬਾਈ ਕਿਹੜਾ ਪਿੰਡ ਆਪਣਾ ਆਪਣਾ ਦਾਦੂ ਹੈ ਜੀ ਦਾਦੂ ਪਿੰਡ ਕਿੱਥੇ ਰਹਿ ਗਿਆ ਬਾਈ ਇਹ ਇੱਥੋਂ 18 ਕਿਲੋਮੀਟਰ ਹੈ ਜੀ ਜ਼ਿਲ੍ਹਾ ਸਰਸਾ ਜੀ ਕਾਲੇ ਵਾਲੀ ਮੰਡੀ ਦੇ ਨੇੜੇ ਜੀ ਠੀਕ ਹੈ ਤਰਵੰਡੀ ਸਾਬੋ ਤੋਂ 18 ਕਿਲੋਮੀਟਰ 18 ਕਿਲੋਮੀਟਰ ਠੀਕ ਹੈ ਠੀਕ ਹੈ ਤੇ ਬਾਈ ਇਹ ਆਪਾਂ ਜਿਹੜਾ ਘੋੜਾ ਲੈ ਕੇ ਆਏ ਹਾਂਗੇ ਇਹ ਕਿੰਨੇ ਟਾਈਮ ਦਾ ਹੋ ਗਿਆ ਸਹੀ ਇਹ 29 ਮਹੀਨੇ ਉਮਰ ਹੋ ਗਈ ਬਾਈ ਜੀ ਠੀਕ ਹੈ ਬਾਈ ਤੇ ਇਹ ਹੋਰ ਵੀ ਘੋੜੀਆਂ ਰੱਖੀਆਂ ਬਾਈ ਜਾਂ ਇੱਕ ਵੀ ਰੱਖਿਆ ਇੱਕ ਘੋੜੀ ਹੈ ਜੀ ਆਪਣੇ ਘਰੇ ਜੀ ਠੀਕ ਹੈ ਠੀਕ ਹੈ ਜੀ ਤੇ ਇਹ ਕਿੱਥੋਂ ਲੈਤਾ ਸੀਗਾ ਬਾਈ ਆਪਾਂ मीट खुराक रखी हुई खुराक नॉर्मल चलती है बाजरा हो गया जी मोट हो गई बाल के आ गर्मी जाओ जमी जी छोले चलते जी घोड़ी रखनी हर एक बंदे दे बस दी गल नहीं सेवा पाल दी है जा बंदा एक कुत्ते पाल दी है ठीक है जेड़ा नवे बंदे ने रखनी है ओदे वास्ते कोई खास गल नहीं एक तां भाई घर दा सहयोग होना चाहिए सारे मैंबरां दा कोई मेहनत नहीं पाल दा प्यार दे भुखे अपने छोटा ਕਿੱਥੋਂ ਤੱਕ ਜਾਊਗਾ ਦੇਦਾ ਬਈ ਦੇਖੋ ਜੀ ਤਰੇਡ ਤਰੂਡ ਤਾਂ ਜਾਊ ਜੋ ਹੁਣ ਫੱਟੀ ਵਾਲਾ ਕਾਟਾਂ ਚ ਕਰਦਾ ਕਿ ਉਦਾਂ ਮਿਣਿਆ ਉਹਨੇ ਹੀ ਮਿਣਿਆ ਜੀ ਫੱਟੀ ਵਾਲਾ ਕਾਟਾਂ ਚ ਪੀਤੇ ਨਾਲ ਹੀ ਮਿਣਿਆ ਬਈ ਠੀਕ ਹੈ ਇੱਕ ਆ ਦਾ ਫੋਨ ਨੰਬਰ ਜਰੂਰ ਦੱਸ ਦਿਓ ਬਈ ਜੇ ਕਿਸੇ ਭਰਾ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਹਨਾ 9463 ਜੀ 3637 ਜੀ ਬਹੁਤ ਜ਼ਿਆਦਾ ਸੋਹਣਾ ਬਈ ਘੋੜਾ ਤੇ ਬਈ ਕੇਅਰ ਤਾਂ ਥੋੜੀ ਜਿਹੀ ਹੁਣ ਬਈ ਨੇ ਆਪਾਂ ਦੇਖਿਆ ਹੋਰ ਵੀ ਹਨਾ ਖੜੇ ਸੀਗੇ ਇਹ ਬਹੁਤ ਜ਼ਿਆਦਾ ਸੋਹਣਾ ਬਈ ਨੇ ਸ਼ਿੰਗਾਰਿਆ ਹੋਇਆ ਇਹ ਇਹ ਫਿਰ ਬਈ ਜਦੋਂ ਨਵਾਉਣੇ ਨੂੰ ਡੇਲੀ ਰੂਟੀਨ ਦੇ ਵਿੱਚ ਹੀ ਚੱਲਦਾ ਕੰਮ ਜਾਂ ਕਦੇ ਐ ਹੁੰਦਾ ਵੀ ਯਾਰ ਗਰਮੀ ਤਾਂ ਰੂਟੀਨ ਚ ਹੀ ਨਵਾਉਣਾ ਪੈਂਦਾ ਜੀ ਠੀਕ ਹੈ ਗਰਮੀ ਹੁੰਦੀ ਹੈ ਜਾਨਵਰ ਕਿਉਂਕਿ ਜਿਹੜਾ ਬਰਫ ਵਰਗਾ ਕੱਢ ਰੱਖਿਆ ਨਾ ਜਮਾ ਐ ਕਹਿੰਦੇ ਹੁੰਦੇ ਜੀ ਬਹੁਤ ਵਧੀਆ ਬਈ ਲੱਗਿਆ ਹੈਗਾ ਹੋਰ ਜੇ ਕੋਈ ਬਈ ਬੱਚੇ ਬੁੱਚੇ ਜੇ ਆਪਣੀ ਨਿਗਾਹ ਦੇ ਵਿੱਚ ਹੁੰਦੇ ਆ ਜੇ ਕਿਸੇ ਭਰਾ ਨੇ ਹੋਰ ਨੇ ਲੈਣਾ ਹੋਵੇ ਕੋਈ ਇਹੋ ਜਿਹਾ ਜਾਂ ਪਤਾ ਹੈ ਇੰਨਾ ਬਾਹਰ ਅੰਦਰ ਗਏ ਨਹੀਂ ਨਵੇਂ ਬੰਦੇ ਆ ਜੀ ਠੀਕ ਹੈ ਠੀਕ ਲੈਣ ਚ ਪਏ मुनाफा जिहड़ा बंदे नूं मुनाफा देख के लैंदा गलत है चीज तां शौक नूं रखण वाली है जिहड़ा बंदा शौक ना रखे उहनूं मुनाफा भी दिउ जिहड़ा कला मुनाफा देख के रखूगा उहनूं इह कदे भी मुनाफा नहीं दिंदे बाकी आ देख सकते हो तुसी जिहड़े नवे बंदियां ने रखनी है बाई ने भी नवे नहीं रखी है फस्ट टाइम साण पाल रहा तो हुण तुसी देख सकते हो जिहड़ा पहला नवा बंदा ही साण घोड़ा पाली जांदा हैगा किन्ना क इहदे विच ख्याई है रखण च जां की सेवा है कोई ज्यादा वड्डी गल नहीं हैगी बाकी हुण लोकां दे विच जिवें हुण शौक पैदा हुंदा हां जी आ तलवंडी हां जिवें तलवंडी जिहड़ा हुण घोड़ियां दा जिहड़ा मेला लग्गिया बाई ਤੇ ਮੇਰੇ ਹਿਸਾਬ ਨਾਲ 6-7 ਦਿਨ ਹੋ ਗਏ ਇਸ ਨੂੰ ਚੱਲੀ ਜਾਂਦੇ 6-7 ਦਿਨ ਹੋ ਗਏ ਤੇ ਮੁਕਤਸਰ ਤੋਂ ਬਾਅਦ ਆਪਣੇ ਹੋਰ ਤਾਂ ਇੱਥੇ ਪੰਜਾਬ ਦੇ ਵਿੱਚ ਹੈ ਨਹੀਂ ਏਡਾ ਵੱਡਾ ਨਹੀਂ ਹੁਣ ਮੁਕਤਸਰ ਹੀ ਆਊਗਾ ਦੁਸ਼ਹਿਰਾ ਹੋਊਗਾ ਹਾਂ ਉਹ ਆਪਣੇ ਨੇੜੇ ਮੌੜ ਲੱਗਦਾ ਸੀਗਾ ਪਰ ਮੌੜ ਤੋਂ ਵੀ ਜ਼ਿਆਦਾ ਨੇੜੇ ਆਪਣੇ ਤਲਵੰਡੀ ਲੱਗਣ ਲੱਗ ਗਿਆ ਹੁਣ ਸਾਰੇ ਦੇਖਣ ਵਾਲੇ ਨਵੀਂ ਪਹਿਲ ਹੈ ਜੀ ਹਾਂ ਨਵੀਂ ਪਹਿਲ ਹੈ ਜਿਵੇਂ ਗੁਰਪ੍ਰੀਤ ਨੇ ਬਾਈ ਨੂੰ ਦੱਸਿਆ ਇੱਥੇ ਪਹੁੰਚਣ ਹਨਾ ਇਕੱਠੇ ਹੋ ਕੇ ਆਓ ਤੇ ਜਿਵੇਂ ਲੋਕ ਹੋਰ ਦੇਖਣ ਵਾਲੇ ਵੀ ਵੀਡੀਓ ਦੇਖਣਗੇ ਹੋਰ ਵੀ
ਜਿਹੜੇ ਵੀ ਸ਼ੌਂਕ ਰੱਖਦੇ ਆ ਘੋੜੀਆਂ ਦਾ, ਕਿਉਂਕਿ ਇਹ ਵੀ ਇੱਕ ਵਧੀਆ ਬਿਜ਼ਨਸ ਵੀ ਹੈ, ਸ਼ੌਂਕ ਵੀ ਹੈ। ਜੇ ਆਪਾਂ ਇੱਥੇ ਮੇਲਿਆਂ ਦੇ ਉੱਤੇ ਪਹੁੰਚਾਂਗੇ, ਦੇਖਣ ਪਹੁੰਚਾਂਗੇ, ਤਾਂ ਰੱਖਣ ਵਾਲੇ ਭਰਾਵਾਂ ਦਾ ਵੀ ਜਿਹੜਾ ਹੌਸਲਾ ਵਧੂਗਾ। ਥੋੜੀ ਜੀ ਠੰਡ ਦੇ ਵਿੱਚ ਹੋਵੇ, ਕਿਉਂਕਿ ਇਸ ਟਾਈਮ ਫਸਟ ਟਾਈਮ ਸੀਗਾ, ਐਕਸਪੀਰੀਅੰਸ ਵੀ ਇੰਨਾ ਹੈ ਨਹੀਂ ਸੀਗਾ। ਹੋ ਸਕਦਾ ਵੀ ਗਾਂਹ ਨੂੰ ਅਗਲੇ ਸਾਲ ਫਰਵਰੀ ਦੇ ਵਿੱਚ ਮੇਲਾ ਹੋਵੇ, ਤਾਂ ਠੰਡ ਦੇ ਵਿੱਚ ਤਾਂ ਮੇਲਾ ਹੋਰ ਵੀ ਜ਼ਿਆਦਾ ਬਹੁਤ ਭਰੂਗਾ, ਬਹੁਤ ਜਾਨਵਰ ਆਉਣਗੇ। ਹਾਂ, ਬਾਕੀ ਕੰਮ ਦੀ ਜ਼ਰੂਰ ਹੈਗਾ ਹਨਾ। ਬਾਕੀ ਜਿਹੜਾ ਪਹਿਲਾਂ ਮੇਲਾ ਹੁੰਦਾ ਬਈ, ਉਹਦੇ ਉੱਤੇ ਨਾ ਥੋੜਾ ਜਿਹਾ ਇਕੱਠ ਹੈ ਜਿਹੜਾ, ਉਹ ਕਈ ਵਾਰੀ ਘੱਟ ਦੇਖਣ ਨੂੰ ਮਿਲਦਾ ਹੁੰਦਾ ਲੋਕਾਂ ਨੂੰ, ਉੱਥੋਂ ਤਾਂ ਕਰੈਡ ਨੀ ਹੁੰਦੀ ਉਸ ਚੀਜ਼ ਦੀ, ਲੋਕਾਂ ਨੂੰ ਪਤਾ ਹੀ ਨੀ ਲੱਗਦਾ ਦੂਰ ਦੂਰ ਜਿਹੜੇ ਬੈਠੇ ਭਰਾ। ਤੇ ਆਉਣ ਵਾਲੇ ਟਾਈਮ ਦੇ ਉੱਤੇ ਜਿਹੜਾ ਮੇਲਾ ਹੋਊਗਾ ਉਹਦੇ ਬਾਰੇ ਆਪਾਂ ਦੱਸਾਂਗੇ ਵੀ ਕਿਹੜੇ ਮਹੀਨੇ ਦੇ ਵਿੱਚ ਹੋਊਗਾ, ਤਾਂ ਲੋਕ ਇਹਨਾਂ ਚੀਜ਼ਾਂ ਨਾਲ ਜਿਵੇਂ ਜਿਵੇਂ ਜੁੜਨਗੇ ਸ਼ੌਂਕ ਪੈਦਾ ਹੋਊਗਾ ਬਈ। ਤੇ ਇਹ ਚੀਜ਼ਾਂ ਇੱਕ ਬਲੋਤ ਨਹੀਂ ਹੋਣਗੀਆਂ ਇਹ ਖਰਾ, ਜਿਵੇਂ ਹੁਣ ਉੱਠ ਕਹਿ ਸਕਦੇ ਆਪਾਂ ਵੀ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੇ ਹਨਾ, ਪਰ ਜਿਹੜਾ ਘੋੜੀਆਂ ਦਾ ਜੇ ਆਪਾਂ ਮਹਿੰਗਾ ਸ਼ੌਂਕ ਦੇਖ ਕੇ ਜਾਂ ਉਹ ਕਰਾਂਗੇ, ਤਾਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇੱਕ ਇਹ ਚੰਗਾ ਮੁਨਾਫਾ ਵੀ ਹੈਗਾ ਇਹਦੇ ਵਿੱਚ। ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਈ, ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ। ਅਤੇ ਘੋੜਾ ਬਹੁਤ ਜ਼ਿਆਦਾ ਸੋਹਣਾ, ਆਪਾਂ ਤੁਹਾਨੂੰ ਹੋਰ ਸਮਾਰ ਕੇ ਦਿਖਾਉਂਦੇ ਹਾਂ ਘੋੜੇ ਬਾਰੇ। ਅਤੇ ਘੋੜਾ ਬਈ ਦੇਖ ਸਕਦੇ ਹੁਣ ਬਹੁਤ ਜ਼ਿਆਦਾ ਸੋਹਣਾ ਜਿਹੜਾ, ਅਤੇ ਬਾਕੀ ਸਪੋਟਲੈਸ ਹੈਗਾ ਥੋੜ੍ਹਾ ਜਿਹਾ ਬਾਈ, ਕਹਿੰਦਾ ਵੀ ਸਪੋਰਟ ਹੈਗਾ ਟੈਸਟੀਕਲਾਂ ਦੇ ਉੱਤੇ, ਠੀਕ ਹੈ। ਅਤੇ ਬਹੁਤ ਜ਼ਿਆਦਾ ਜਿਹੜਾ ਸੋਹਣਾ ਘੋੜਾ ਹੈਗਾ ਆਪਾਂ ਕਹਿ ਸਕਦੇ ਹਾਂ ਵੀ, ਛੋਟੀ ਜਿਹੀ ਉਮਰ ਦਾ ਘੋੜਾ ਜਿਹੜਾ, ਕੱਦ ਘੱਟ ਹੋਰ ਵੀ ਕਰਨਾ ਬਾਈ ਇਸ ਨੇ ਹੁਣ ਹਾਂਜੀ। ਅਤੇ ਇੱਕ ਚੰਗਾ ਜਿਹੜਾ ਦੇਖਣ ਨੂੰ ਆਪਾਂ ਨੂੰ ਮਿਲੂਗਾ ਇਹ ਘੋੜਾ ਆਉਣ ਵਾਲੇ ਟਾਈਮ ਦੇ ਵਿੱਚ। ਅਤੇ ਬਾਕੀ ਖੜਨੀ ਖੁੜਨੀ ਘੋੜੇ ਦੀ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ। ਅਤੇ ਬਾਕੀ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਵੇਖਣ ਲਈ, ਚੈਨਲ ਨਾਲ ਜੁੜੇ ਰਹੋ, ਠੀਕ ਹੈ। ਵੀਡੀਓ ਨੂੰ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ, ਫਿਰ ਆਪਾਂ ਇਹ ਤੁਹਾਨੂੰ ਚੀਜ਼ਾਂ ਹੋਰ ਵੀ ਦਿਖਾਉਂਦੇ ਰਹਾਂਗੇ ਅੱਗੇ। ਅਤੇ ਚੈਨਲ ਨੂੰ ਜਿਹੜੇ ਭਰਾ ਪਹਿਲੀ ਵਾਰ ਆਏ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।